ਚਿਕਨ ਅੰਡਾ ਤੇ ਸੂਪ ਦੇਖੋ ਮਾਸ਼ਾਅੱਲਾ ਕੈਸੀ ਗ੍ਰੇਵੀ ਆ ਹਾਏ ਹਾਏ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਦੋਸਤੋ, ਉਮੀਦ ਹੈ ਤੁਸੀਂ ਠੀਕ ਹੋਗੇ ਤੇ ਅੱਜ ਦਾ ਕਰਦੇ ਵਲੌਗ ਸ਼ੁਰੂ। ਤੁਸੀਂ ਦੇਖਦੇ ਪਿਓ ਮੇਰਾ ਯੂਟਿਊਬ ਚੈਨਲ ਮਬੀਨ ਦਾ ਕੰਬੋ ਤੇ ਅੱਜ ਸਮੁੰਦਰੀ, ਠੀਕ ਹੈ, ਆਫਿਸ ਦੀ ਤਰਫੋਂ ਤੇ ਮੈਂ ਜਾ ਰਿਹਾ ਉੱਥੇ। ਬਾਕੀ ਘਰ ਵਾਲਿਆਂ ਨੇ ਮਜ਼ੇਦਾਰ ਦਹੀਂ ਭੱਲੇ ਬਣਾਏ ਹੋਏ, ਦਹੀਂ ਭੱਲੇ ਖਾਣੇ, ਬਾਕੀ ਕੱਪੜੇ ਚੇਂਜ ਕਰਦੇ। ਉਹ ਤੋਂ ਬਾਅਦ ਅੱਜ ਦਾ ਵਲੌਗ ਇਹ ਹੋਣਾ ਕਿ ਤੁਹਾਨੂੰ ਮੈਂ ਘਰ ਤੋਂ ਲਾ ਕੇ ਸਮੁੰਦਰੀ ਤੱਕ ਜਾਣਾ, ਮੇਰੇ ਗਾਉਂ ਤੋਂ ਲਾ ਕੇ ਸਮੁੰਦਰੀ ਜਾ ਕੇ ਜਿਹੜੇ ਜਿਹੜੇ ਪਿੰਡ ਆਉਣੇ ਵਿੱਚ ਉਹ ਤੁਹਾਨੂੰ ਦਿਖਾਵਾਂਗਾ, ਤੇ ਉਹ ਤੋਂ ਬਾਅਦ ਸਮੁੰਦਰੀ ਸ਼ਹਿਰ, ਅਗਰ ਮੈਂ ਸ਼ਹਿਰ ਗਿਆ ਤੇ ਉਹ ਤੁਹਾਨੂੰ ਵਿਜ਼ਿਟ ਕਰਾਵਾਂਗਾ, ਅਗਰ ਉੱਥੇ ਕੁਛ ਹੈ ਖਾਧੀ ਪੀਤੀ ਉਹ ਵੀ ਤੁਹਾਨੂੰ ਦਿਖਾਵਾਂਗਾ। ਬਾਕੀ ਇੱਕ ਇਸ ਟਾਈਮ ਮੇਰੇ ਸਾਹਮਣੇ ਦਹੀਂ ਭੱਲੇ ਪਏ ਤੁਹਾਨੂੰ ਖਾਣੇ, ਬਾਕੀ ਹੈ ਕਿ ਮਾਸ਼ਾਅੱਲਾ ਇਹ ਦੇਖੋ ਦੇਸੀ ਤਰੀਕੇ ਨਾਲ ਦਹੀਂ ਭੱਲੇ ਬਣਾਏ ਹੋਏ। ਪਹਿਲੇ ਤੁਸੀਂ ਪਹਿਲੇ ਮੇਰੀ ਵੀਡੀਓ ਵੇਖੀ ਹੋਣੀ, ਬਾਕੀ ਹੁਣ ਖਾ ਕੇ ਨਾ ਚੈੱਕ ਕਰ ਲਈਏ ਤਾਂ ਫਿਰ ਤੁਹਾਨੂੰ ਦੱਸਦੇ ਹਾਂ ਕਿੱਦਾਂ ਦੇ ਬਣੇ। ਹਾਂਜੀ ਜੀ, ਮਾਸ਼ਾਅੱਲਾ ਬਹੁਤ ਮਜ਼ੇਦਾਰ ਬਣੇ ਆ। ਅਤੇ ਹਲਕੀ ਜਿਹੀ ਮਿਰਚਾਂ, ਯਾਨੀ ਤੇਜ਼ ਨਹੀਂ ਹੈ, ਲਾਈਟ ਮਸਾਲੇ ਆ ਅਤੇ ਮਾਸ਼ਾਅੱਲਾ। ਬਾਕੀ ਤੁਹਾਡੇ ਭਰਾ ਦੇ ਕੱਪੜੇ ਆਵੇ, ਕੋਈ ਇਸਤਰੀ ਹੋਏ ਪਏ, ਵਿਆਹ ਕਰਾਉਂਦਾ ਹੈ ਫਾਇਦਾ, ਕੱਪੜੇ ਹਰ ਸ਼ਾਇਦ ਤੁਹਾਨੂੰ ਇਸਤਰੀ ਮਿਲੇਗੀ। ਅਤੇ ਆ ਦੇਖੋ ਮਾਸ਼ਾਅੱਲਾ ਇਸਤਰੀ ਹੋਏ ਪਏ, ਹੁਣ ਤਿਆਰ ਹੋਈਏ ਅਤੇ ਜਲਦੀ ਜਲਦੀ ਜਾਂਦੇ ਹਾਂ ਡਿਊਟੀ ਤੇ। ਮੋਮੈਂਟਸ ਲੇਟਰ। ਬਿਸਮਿਲ੍ਲਾਹਿਰ ਰਹਿਮਾਨਿਰਰਹੀਮ। ਹਾਂਜੀ ਦੋਸਤੋ, ਮੈਂ ਹੋ ਗਿਆ ਰੈਡੀ ਅਤੇ ਮੈਂ ਹੁਣ ਚੱਲਿਆ ਸਮੁੰਦਰੀ ਦੇ ਰਾਸਤੇ 'ਚ। ਬਾਕੀ ਤੁਹਾਨੂੰ ਸਾਰਾ ਆਪਣਾ ਵਲੌਗ ਅੱਜ ਦੇਖੇਗੇ, ਅੱਜ ਦਾ ਸਾਰਾ ਵਲੌਗ ਤੁਹਾਨੂੰ ਦਿਖਾਵਾਂਗੇ, ਤੁਹਾਨੂੰ ਬਹੁਤ ਮਜ਼ਾ ਆਏਗਾ। ਬਾਕੀ ਮਾਸਕ, ਜੈਕਟ ਵਗੈਰਾ ਹਰ ਚੱਪਲੀ, ਕਿਉਂਕਿ ਮੈਂ 2:30 ਵੱਜ ਗਏ ਘਰ ਹੀ ਅਤੇ ਤਕਰੀਬਨ ਉੱਥੋਂ ਲੇਟ ਹੀ ਆਉਣਾ, ਅਤੇ ਮੋਟਰਸਾਈਕਲ ਆਪਣਾ ਰੈਡੀ ਆ, ਓਕੇ ਸ਼ੋਕੇ ਆ, ਅਤੇ ਬਾਕੀ ਹੈ ਪਿਆ ਜੀ ਆਪਣਾ ਬਾਜਰਾ, ਅਤੇ ਹੁਣ ਚੱਲੀਏ ਡਿਊਟੀ ਦੀ। ਹਾਂਜੀ ਦੋਸਤੋ, ਹੁਣ ਮੈਂ ਜਾ ਰਿਹਾ ਸਮੁੰਦਰੀ ਤਰਫ ਤੇ। ਲੈ ਜੀ ਹਾਂਜੀ ਦੋਸਤੋ, ਇਹ ਦੇਖੋ ਇੱਦਾਂ ਗੰਨੇ ਦੀਆਂ ਟਰਾਲੀਆਂ ਬਾਬਾ ਜੀ ਲੱਦਣਾ ਸ਼ੁਰੂ ਹੋ ਗਈਆਂ ਵਾ, ਅਤੇ ਬਾਕੀ ਇੱਕ ਰਾਸਤਾ ਬਹੁਤ ਕੰਮ ਖਰਾਬ ਕਰ ਦਿੰਦੇ ਹਨ, ਜਦੋਂ 3-4 ਟਰਾਲੀਆਂ ਇਕੱਠੀਆਂ ਆ ਜਾਂਦੀਆਂ ਨਾ ਤਾਂ ਰਾਸਤਾ ਬਲਾਕ ਹੋ ਜਾਂਦਾ, ਬਹੁਤ ਮੁਸ਼ਕਿਲ ਬਣ ਜਾਂਦੀ, ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ। A few moments later. ਲੈ ਜਾਨੀ ਦੋ ਦਫ਼ਤਰੋਂ ਆ ਗਏ ਵਿਹਲੇ, ਤਾਂ ਹੁਣ ਤਾਂ ਬਾਈ ਉੱਥੇ ਖਾਣੀ ਹੈ ਤਾਂ ਕੀ ਆ ਸੂਪ, ਚਿਕਨ ਸੂਪ। ਲੈ ਜਾਨੀ ਦੋ ਬਾਈ ਬਣਾ ਰਹੇ ਸੂਪ, ਤੁਹਾਨੂੰ ਹੁਣ ਮੇਕਿੰਗ ਦਿਖਾਉਂਦੇ ਮਾਸ਼ਾਅੱਲਾ ਜੀ। ਆ ਦੇਖੋ ਚਿਕਨ ਸੂਪ, ਠੰਡਾ ਮਿਕਸ ਕਰਕੇ ਚਿਕਨ, ਸਾਡਾ ਚਿਕਨ ਸੂਪ ਹੈ ਬਾਈ, ਉਹਨਾਂ ਕੋਲ ਪਹਿਲੇ ਵੀ ਅਸੀਂ ਲੈ ਕੇ ਪਹਿਲੇ ਵੀ ਖਾਂਦੇ, ਅਤੇ ਇਸ ਸੀਜ਼ਨ ਤਾਂ ਪਹਿਲੀ ਦਫ਼ਾ ਫਿਰ ਖਾਣ ਲੱਗੇ। ਮਾਸ਼ਾਅੱਲਾ ਜੀ ਉੱਪਰ ਚਿਕਨ ਅੰਡਾ ਅਤੇ ਸੂਪ ਦੇਖੋ ਮਾਸ਼ਾਅੱਲਾ ਕੈਸੀ ਗ੍ਰੇਵੀ ਆ ਹਾਏ ਹਾਏ। ਪਹਿਲਾਂ ਖਾਧਾ ਸੀ, ਮੂੰਹ ਸਾੜ ਲਿਆ ਸੀ। ਬਹੁਤ ਮਜ਼ਾ ਆ ਰਿਹਾ ਸੂਪ
ਪੀਰੇ ਨਾਲ ਚਿਕਨ ਤੇ ਨਾਲ ਲੈ ਕੇ ਮਾਸ਼ਾਅੱਲਾ ਬਹੁਤ ਮਜ਼ੇਦਾਰ ਚਿਕਨ ਮੈਂ ਨਾ ਪਹਿਲੇ ਵੀ ਭਾਈ ਉਹਨਾਂ ਕੋਲ ਲੈ ਕੇ ਪਿਛਲੇ ਸਾਲ ਤੇ ਇਸ ਸੀਜ਼ਨ ਦਾ ਪਹਿਲੀ ਦਫਾ ਇਹਨਾਂ ਕੋਲ ਖਾ ਰਹੇ ਆ ਤੇ ਮਾਸ਼ਾਅੱਲਾ ਬਹੁਤ ਮਜ਼ੇਦਾਰ ਸੂਪ ਬਣਿਆ ਜੀ ਆਪਾਂ ਪੂਰੇ ਮਜ਼ੇ ਲੈ ਖਾ ਰਹੇ ਹਾਂ ਬੰਦੇ ਸੂਪ ਖਾ ਲਿਆ ਮਸਾਲਾ ਬਿਲਕੁਲ ਐਂਡ ਹੋ ਗਿਆ ਜੀ ਮਸਾਲਾ ਬਹੁਤ ਮਜ਼ੇਦਾਰ ਸੂਪ ਬਣਿਆ ਸੀ ਸਹੀ ਹੋਣੀ ਅਤੇ ਡਾਕਖਾਨਾ ਬਾਜ਼ਾਰ ਸਮੁੰਦਰੀ 'ਚ ਆਪਣੀ ਦੁਕਾਨ ਲਾਉਂਦੇ ਆ ਅਤੇ ਤਾਂ ਦਿਖਾਉਂਦੇ ਹਾਂ ਬਾਬਾ ਜੀ ਅਤੇ ਮਾਸ਼ਾਅੱਲਾ ਬਹੁਤ ਮਜ਼ੇਦਾਰ ਸੀ ਜੀ ਕੱਲ ਵੀ ਖਾਣ ਠੰਡਾ ਹੁਣ ਦੇਰ ਲੱਗੂਗੀ ਜਿੰਨੀ ਲਓ ਜੀ ਬਿਸਮਿਲ੍ਲਾ ਜੀ ਹਾਂਜੀ ਦੋਸਤੋ ਸੂਪ ਖਾਣ ਤੋਂ ਬਾਅਦ ਭਾਈ ਕੋਲੇ ਚਣੇ ਹੱਸ ਰਿਹਾ ਜੀ ਸਦਾਦਾ ਚਲੋ ਜੀ ਮਿਹਰਬਾਨੀ ਭਾਈ ਦੀ ਬਹੁਤ ਸ਼ੁਕਰੀਆ ਜੀ ਬਾਕੀ ਇਹ ਕਿ ਗਰਮ ਸੀ ਦਾਣੇ ਠੰਡੇ ਸੀ ਗਰਮ ਕਰਵਾਏ ਮੇਰੇ ਕੋਲ ਬਿਸਮਿਲ੍ਲਾ ਜੀ ਹਾਂਜੀ ਦੋਸਤੋ ਆ ਗਏ ਘਰ ਅਲਹਮਦੁਲਿਲ੍ਲਾ ਬਾਕੀ ਇਹ ਕਿ ਸੂਪ ਪੀਤਾ ਅਤੇ ਉਹ ਤੋਂ ਬਾਅਦ ਫਿਰ ਮਕਈ ਦੇ ਦਾਣੇ ਲਏ ਬਾਬਾ ਜੀ ਅਤੇ ਲੇਟ ਕਾਫੀ ਹੋ ਗਿਆ ਸੀ ਸ਼ਹਿਰ ਨਹੀਂ ਜਾਇਆ ਗਿਆ ਬਾਕੀ ਇੱਕ ਰਾਸਤੇ ਵਿੱਚ ਗੰਨੇ ਵਾਲੀਆਂ ਟਰਾਲੀਆਂ ਨੇ ਵੀ ਕਾਫੀ ਲੇਟ ਕੀਤਾ ਕਿਉਂਕਿ ਗੰਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਵਾ ਅਤੇ ਰਾਸਤਾ ਬਹੁਤ ਰੋਡ ਨਾਲ ਬਹੁਤ ਬਲਾਕ ਹੁੰਦਾ ਬਾਕੀ ਇੱਕ ਘੱਟਿਓ ਘੱਟੀ ਹੋ ਜਾਂਦੇ ਆ ਯਾਰ ਬਹੁਤ ਕੰਮ ਖਰਾਬ ਆ ਠੀਕ ਹੈ ਬਾਕੀ ਅੱਗੇ ਅਲਹਮਦੁਲਿਲ੍ਲਾ ਘਰ ਪਹੁੰਚ ਗਏ ਬਾਕੀ ਨੂੰ ਖਾਣਾ ਛਾਣਾ ਖਾਂਦੇ ਆ ਅਤੇ ਇਹ ਡੋਗੀ ਸਾਡਾ ਵੇਖੋ ਕਿ ਜਦੋਂ ਆਉਣਾ ਨਾ ਇਹਨੇ ਇਹਨੇ ਆਲੇ ਦੁਆਲੇ ਭੱਜਣਾ ਹੁੰਦਾ ਕਿ ਮੈਨੂੰ ਪਿਆਰ ਕਰੋ ਬਸ ਠੀਕ ਹੈ ਜੀ ਲਓ ਜੀ ਅਲਹਮਦੁਲਿਲ੍ਲਾ ਜੀ ਹੁਣ ਘਰ ਚੱਲ ਠੀਕ ਆ ਓਕੇ ਬਾਜਾ ਚਲੋ ਡੋਗੀ ਮਾਸ਼ਾਅੱਲਾ ਸਾਡਾ ਇਹ ਡੋਗੀ ਸਾਡਾ ਬਿਲਕੁਲ ਨਿੱਕਾ ਜਿਹਾ ਹੁੰਦਾ ਸੀ ਛੋਟਾ ਜਿਹਾ ਬੱਚਾ ਇੱਕ ਹੱਥ 'ਚ ਆ ਜਾਂਦਾ ਸੀ ਅਤੇ ਇਹਨੂੰ ਹੱਥ ਨਾਲ ਦੁੱਧ ਪਿਲਾ ਦੇਣੇ ਸੀ ਫੀਡਰ ਨਾਲ ਠੀਕ ਹੈ ਹੁਣ ਦੇਖੋ ਮਾਸ਼ਾਅੱਲਾ ਕਿੱਡਾ ਵੱਡਾ ਹੋਇਆ ਬਾਕੀ ਇੱਕ ਜਾਨਵਰ ਬੜਾ ਵਫਾਦਾਰ ਆ ਇਹ